ਇਹ ਗੱਲਾਂ ਕਹਿਣ ਨੂੰ ਹੀ ਹੁੰਦੀਆਂ ਕਿ ਏਦਾਂ ਹੋ ਜਾਵੇ ਉਸ ਤੋਂ ਬਾਅਦ ਮੈਂ ਜ਼ਿੰਦਗੀ ਜੀਊਂਗਾ। ਬਾਈ ਜੀ ਇਹ ਜ਼ਿੰਦਗੀ ਮੁੱਕ ਜਾਂਦੀ ਹੈ, ਤਮਾ ਨਹੀਂ ਮੁੱਕਦੀ। ਇੱਥੇ ਇੱਕ ਡਿਮਾਂਡ ਪਰਮਾਤਮਾ ਵੱਲੋਂ ਪੂਰੀ ਹੁੰਦੀ ਹੈ ਅਤੇ ਦੂਜੀ ਤਿਆਰ ਰਹਿੰਦੀ ਹੈ। ਇਹ ਕੋਈ ਜ਼ਿੰਦਗੀ ਕਿਤੇ ਮੰਜ਼ਿਲ 'ਤੇ ਜਾਣ ਲਈ ਸਾਨੂੰ ਨਹੀਂ ਮਿਲੀ, ਇਹ ਤਾਂ ਪਰਮਾਤਮਾ ਨੇ ਸਿਰਫ ਸਫ਼ਰ ਇੰਜੋਏ ਕਰਨ ਲਈ ਭੇਜਿਆ ਕਿ ਜਾਓ ਜਾ ਕੇ ਜ਼ਿੰਦਗੀ ਦੇ ਨਜ਼ਾਰੇ ਲੁੱਟੋ, ਆਪਣੇ ਲਈ ਜੀਓ, ਅੱਛਾ ਕੰਮ ਕਰੋ, ਪਿਆਰ ਕਰੋ ਕਿ ਤੁਸੀਂ ਮਰਨ ਤੋਂ ਬਾਅਦ ਕੁਛ ਜ਼ਿਆਦਾ ਦੇਰ ਯਾਦ ਰਹਿ ਸਕੋ ਲੋਕਾਂ ਨੂੰ। ਹੋਰ ਬਹੁਤਾ ਲੰਬਾ ਚੌੜਾ ਕੋਈ ਜ਼ਿੰਦਗੀ ਦਾ ਹੈ ਨਹੀਂ ਸਿਸਟਮ। ਜਿਹੜੀ ਦੌੜ 'ਚ ਭੱਜੇ ਹੋਏ ਨਾ, ਸਭ ਕੁਛ ਇੱਥੇ ਹੀ ਰਹਿ ਜਾਣਾ, ਔਰ ਜਿਹਦੇ ਲਈ ਕਰ ਰਹੇ ਹੋ ਤਾਂ ਵੈਸੇ ਹੀ। ਇਸ ਕਰਕੇ ਗੱਲਾਂ ਕੌੜੀਆਂ ਨੇ, ਪਰ ਜਿੰਨੀ ਜਲਦੀ ਸਮਝ ਆ ਜਾਣਗੀਆਂ, ਜਿਹੜਾ ਬਚਿਆ ਸਫ਼ਰ ਹੈ ਜੀਣ ਦਾ ਆਨੰਦ ਆਜੂਗਾ। ਨਹੀਂ ਤਾਂ ਜਿਹੜਾ ਲੰਘ ਗਿਆ ਹੁਣ ਉਹ ਤਾਂ ਆਉਣਾ ਨਹੀਂ, ਹੈ ਨਾ। ਜਿਹੜਾ ਟਾਈਮ ਚਲਾ ਗਿਆ, ਜਿਹੜੀ ਉਮਰ ਚਲੀ ਗਈ, ਇਹ ਤਾਂ ਕੱਟਿਆ ਗਿਆ ਪਰਮਾਤਮਾ ਵੱਲੋਂ ਟਾਈਮ, ਕਿ ਇੰਨਾ ਭੇਜਿਆ ਸੀ ਇੰਨਾ ਰਹਿ ਗਿਆ। ਜੀ ਲਓ, ਅਜੇ ਵੀ ਟਾਈਮ।